ਹੈਲੋ ਸਟੂਡੈਂਟਸ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ HiFi Exam Study ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਸਵਿਕਸ ਦੀ ਤਿਆਰੀ ਕਰ ਰਹੇ ਆਂ ਐਂਡ ਅੱਜ ਦਾ ਟਾਪਿਕ ਹੈ ਰਾਜ ਸਰਕਾਰ ਤੇ ਮੈਂ ਇਸ ਵੀਡੀਓ ਵਿੱਚ ਰਾਜ ਸਰਕਾਰ ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਕੁਐਸਚਨ ਲੈ ਕੇ ਆਈ ਹਾਂ ਜੋ ਤੁਹਾਡੇ ਤੁਹਾਨੂੰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਵਿੱਚ ਦੇਖਣ ਨੂੰ ਮਿਲਣਗੇ ਸੋ ਤੁਸੀਂ ਮੇਰੇ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ ਕੁਐਸਚਨ ਨੰਬਰ 1 ਰਾਜ ਦੀ ਵਿਧਾਨਪਾਲਿਕਾ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਆਪਸ਼ਨ 4 ਰਾਜ ਦੀ ਵਿਧਾਨਪਾਲਿਕਾ ਵਿੱਚ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਅਤੇ ਰਾਜਪਾਲ ਤਿੰਨੋਂ ਹੀ ਸ਼ਾਮਿਲ ਹੁੰਦੇ ਹਨ ਕੁਐਸਚਨ ਨੰਬਰ 2 ਭਾਰਤ ਵਿੱਚ ਕਿੰਨੀਆਂ ਰਾਜ ਸਰਕਾਰਾਂ ਹਨ ਆਪਸ਼ਨ 4 ਭਾਰਤ ਵਿੱਚ ਕੁੱਲ 28 ਰਾਜ ਸਰਕਾਰਾਂ ਹਨ ਕਵੈਸਚਨ ਨੰਬਰ 3 ਸਾਡੇ ਸੰਵਿਧਾਨ ਵਿੱਚ ਕਿਹੜੀ ਸੂਚੀ ਦਰਜ ਹੈ অপਸ਼ਨ 4 ਸਾਡੇ ਸੰਵਿਧਾਨ ਵਿੱਚ ਤਿੰਨ ਤਰ੍ਹਾਂ ਦੀਆਂ ਸੂਚੀਆਂ ਦਰਜ ਹਨ ਫਸਟ ਰਾਜ ਸੂਚੀ ਸੈਕਿੰਡ ਕੇਂਦਰੀ ਸੂਚੀ ਅਤੇ ਥਰਡ ਸੰਵਰਵਰਤੀ ਸੂਚੀ ਕਵੈਸਚਨ ਨੰਬਰ 4 ਰਾਜ ਸੂਚੀ ਤੇ ਵਿਸ਼ੇ ਕੌਣ ਬਣਾਉਂਦਾ ਹੈ অপਸ਼ਨ 1 ਰਾਜ ਸੂਚੀ ਤੇ ਵਿਸ਼ੇ ਰਾਜ ਸਰਕਾਰ ਬਣਾਉਂਦੀ ਹੈ ਕਵੈਸਚਨ ਨੰਬਰ 5 संविधान के लागू होने समय राजूची के किन्ने विषय सन ऑप्शन फोरथ संविधान के लागू होने समय राजूची के कुल सिक्सटी सिक्स विषय सन क्वेश्चन नंबर सिक्स बयालीवीं सौदे अनुसार राज सूची के किन्ने विषय कर दीते गए हैं ऑप्शन फोरथ संविधान लागू होने समय राजूची के कुल छियाहठ विषय सन पर बयालीवीं सौदे अनुसार राज सूची के विषय घट करके इकाहठ कर दीते गए हैं ਕਵੈਸਚਨ ਨੰਬਰ 7 ਕੇਂਦਰੀ ਸੂਚੀ ਦੇ ਵਿਸ਼ੇ ਕੌਣ ਬਣਾਉਂਦਾ ਹੈ ਆਪਸ਼ਨ 2 ਕੇਂਦਰੀ ਸੂਚੀ ਦੇ ਵਿਸ਼ੇ ਕੇਂਦਰੀ ਸਰਕਾਰ ਬਣਾਉਂਦੀ ਹੈ ਕਵੈਸਚਨ ਨੰਬਰ 8 ਸੰਵਿਧਾਨ ਲਾਗੂ ਹੋਣ ਸਮੇਂ ਕੇਂਦਰੀ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਸਨ ਆਪਸ਼ਨ 2 ਸੰਵਿਧਾਨ ਲਾਗੂ ਹੋਣ ਸਮੇਂ ਕੇਂਦਰੀ ਸੂਚੀ ਦੇ ਵਿੱਚ 100 ਵਿਸ਼ੇ ਸ਼ਾਮਿਲ ਸਨ ਕਵੈਸਚਨ ਨੰਬਰ 9 42ਵੀਂ ਸੋਧ ਰਾਹੀਂ ਕੇਂਦਰੀ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਹਨ ਆਪਸ਼ਨ 2 42ਵੇਂ ਸੋਧ ਰਾਹੀਂ ਕੇਂਦਰੀ ਸੂਚੀ ਵਿੱਚ ਕੁੱਲ 97 ਵਿਸ਼ੇ ਸ਼ਾਮਿਲ ਹਨ ਕੁਐਸਚਨ ਨੰਬਰ 10th ਕੇਂਦਰ ਤੇ ਰਾਜ ਸਰਕਾਰ ਮਿਲ ਕੇ ਜਿਹੜੀ ਸੂਚੀ ਤੇ ਵਿਸ਼ੇ ਬਣਾਉਂਦੀ ਹੈ ਉਹ ਕਿਹੜੀ ਸੂਚੀ ਹੈ ਆਪਸ਼ਨ 3 ਕੇਂਦਰ ਤੇ ਰਾਜ ਸਰਕਾਰ ਮਿਲ ਕੇ ਜਿਹੜੀ ਸੂਚੀ ਤੇ ਵਿਸ਼ੇ ਬਣਾਉਂਦੀ ਹੈ ਉਹ ਸੂਚੀ ਸਮਰਵਰਤੀ ਸੂਚੀ ਹੈ ਕੁਐਸਚਨ ਨੰਬਰ 11th ਸੰਵਿਧਾਨ ਲਾਗੂ ਹੋਣ ਦੇ ਸਮੇ ਸਮਰਵਰਤੀ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਸਨ ਆਪਸ਼ਨ 3 ਸੰਵਿਧਾਨ ਲਾਗੂ ਹੋਣ ਦੇ ਸਮੇ ਸਮਰਵਰਤੀ ਸੂਚੀ ਵਿੱਚ ਕੁੱਲ 47 ਵਿਸ਼ੇ ਸ਼ਾਮਿਲ ਸਨ ਕੁਐਸਚਨ ਨੰਬਰ 12 42ਵੀਂ ਸੋਧ ਰਾਈ ਸਮਰਵਰਤੀ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਹਨ ਆਪਸ਼ਨ 3 42ਵੀਂ ਸੋਧ ਦੇ ਰਾਈ ਸਮਰਵਰਤੀ ਸੂਚੀ ਦੇ ਵਿੱਚ 52 ਵਿਸ਼ੇ ਸ਼ਾਮਿਲ ਕੀਤੇ ਗਏ ਹਨ ਕੁਐਸਚਨ ਨੰਬਰ 13 ਹਰੇਕ ਰਾਜ ਦੀ ਵਿਧਾਨਪਾਲਿਕਾ ਕਿੰਨੇ ਸਦਨੀਆਂ ਆਪਸ਼ਨ 4 ਭਾਰਤ ਦੇ ਵਿੱਚ ਕੁੱਲ 28 ਰਾਜਾਂ ਜਿਨ੍ਹਾਂ ਵਿੱਚੋਂ ਕੁਝ ਰਾਜਾਂ ਦੀ ਵਿਧਾਨਪਾਲਿਕਾ ਇੱਕ ਸਦਨੀ ਅਤੇ ਕੁਝ ਦੀ ਦੋ ਸਦਨੀ ਹੈ क्वेश्चन नंबर फोरटीन राज विधान पालिका के हेठले सदन no. की कहा जाता है ऑप्शन थर्ड राज विधान पालिका के हेठले सदन विधानसभा कहा जाता है क्वेश्चन नंबर फिफ्टीन राज विधान पालिका के उपरले सदन की कहा जाता है ऑप्शन थर्ड राज विधान पालिका के उपरले सदन विधान परिषद कहा जाता है क्वेश्चन नंबर सिक्सटीन विधान पालिका के किन्ने सदन हैं ऑप्शन थर्ड पंजाब विधान पालिका का एक ही सदन है विधानसभा क्वेश्चन नंबर 17 राज्य विधानसभा ਦੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ 3 ਰਾਜ विधानसभा ਦੇ ਮੈਂਬਰਾਂ ਨੂੰ ਐਮ ਐਲ اے ਕਿਹਾ ਜਾਂਦਾ ਹੈ क्वेश्चन नंबर 18 ਵਿਧਾਨਸਭਾ ਦੀਆਂ ਚੋਣਾਂ ਕਿਸ ਰੂਪ ਵਿੱਚ ਕਰਵਾਈਆਂ ਜਾਂਦੀਆਂ ਹਨ অপਸ਼ਨ 4 ਵਿਧਾਨਸਭਾ ਦੀਆਂ ਚੋਣਾਂ ਸਿੱਧੇ ਮਤਤ ਅਤੇ ਗੁਪਤ ਵੋਟ ਪ੍ਰਣਾਲੀ ਰਾਹੀਂ ਕਰਵਾਈਆਂ ਜਾਂਦੀਆਂ ਹਨ क्वेश्चन नंबर 19 ਵਿਧਾਨਸਭਾ ਦੇ ਮੈਂਬਰਾਂ ਦੀ ਜਨ ਸੰਖਿਆ ਕਿਸ ਤੇ ਆਧਾਰਿਤ ਹੁੰਦੀ ਹੈ অপਸ਼ਨ 4 ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਉਸ ਰਾਜ ਦੀ ਜਨਸੰਖਿਆ ਤੇ ਆਧਾਰਿਤ ਹੁੰਦੀ ਹੈ ਕੁਐਸਚਨ ਨੰਬਰ 28 ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਰਾਜ ਨੂੰ ਕਿਸ ਵਿੱਚ ਵੰਡਿਆ ਜਾਂਦਾ ਹੈ ਆਪਸ਼ਨ 4th ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਰਾਜ ਨੂੰ ਚੋਣ ਹਲਕਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਕੁਐਸਚਨ ਨੰਬਰ 21 ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਬਣਾਏ ਗਏ ਚੋਣ ਹਲਕਿਆਂ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਆਪਸ਼ਨ 4th ਰਾਜ ਵਿਧਾਨ ਸਭਾ ਦੀ ਚੋਣ ਵਾਲੀ ਬਨਾਏ ਗਏ ਚੋਣ ਹਲਕਿਆਂ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ। ਕੁਐਸਚਨ ਨੰਬਰ 22 ਸੰਵਿਧਾਨ ਦੇ ਅਨੁਸਾਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ? ਆਪਸ਼ਨ 4th ਸੰਵਿਧਾਨ ਦੇ ਅਨੁਸਾਰ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਘੱਟੋ-ਘੱਟ 60 ਹੋਣੀ ਚਾਹੀਦੀ ਹੈ। ਕੁਐਸਚਨ ਨੰਬਰ 23 ਸੰਵਿਧਾਨ ਦੇ ਅਨੁਸਾਰ ਰਾਜ ਦੀ ਵਿਧਾਨ ਸਭਾ ਦੇ ਬਦਤਵਦ ਕਿੰਨੇ ਮੈਂਬਰ ਹੋ ਸਕਦੇ ਹਨ? ਆਪਸ਼ਨ 4th ਸੰਵਿਧਾਨ ਦੇ ਅਨੁਸਾਰ ਰਾਜ ਦੀ ਵਿਧਾਨ ਸਭਾ ਦੇ ਬਦਤਵਦ 500 ਮੈਂਬਰ ਹੋ ਸਕਦੇ ਹਨ। ਕਵੈਸਚਨ ਨੰਬਰ 24 ਪੰਜਾਬ ਦੀ ਵਿਧਾਨ ਸਭਾ ਦੇ ਕਿੰਨੇ ਮੈਂਬਰ ਹਨ অপਸ਼ਨ 4 ਪੰਜਾਬ ਦੀ ਵਿਧਾਨ ਸਭਾ ਦੇ ਕੋਲ 117 ਮੈਂਬਰ ਹਨ ਕਵੈਸਚਨ ਨੰਬਰ 25 ਵਿਧਾਨਪ੍ਰਿਸ਼ਦ ਦੇ ਮੈਂਬਰਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਜਾਂਦੀ ਹੈ অপਸ਼ਨ 4 ਵਿਧਾਨਪ੍ਰਿਸ਼ਦ ਦੇ ਮੈਂਬਰਾਂ ਦੀ ਚੋਣ ਅਸਿੱਧੇ ਰੂਪ ਵਿੱਚ ਕੀਤੀ ਜਾਂਦੀ ਹੈ ਹਾਂਜੀ ਇਸ ਵੀਡੀਓ ਵਿੱਚ ਆਪਾਂ ਨੇ ਰਾਜ ਸਰਕਾਰ ਨਾਲ ਸੰਬੰਧਿਤ ਐਮਸੀਕਿਊ ਦੇਖੇ ਜੇਕਰ ਤੁਹਾਨੂੰ ਮੇਰਾ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣੇ ਹਨ ਤਾਂ ਤੁਸੀਂ ਸਾਡੇ ਹਾਈ ਸਕੂਲ ਐਗਜ਼ਾਮ ਸਟੱਡੀ ਚੈਨਲ ਨੂੰ ਵਿਜ਼ਿਟ ਕਰੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ